ਅਕਾਲ ਉਸਤਤ ਅਸਥਾਈ ਪਰਮਾਤਮਾ ਦੀ ਉਸਤਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰੂ ਦੀ ਦਇਆ ਨਾਲ ਮਿਲਦਾ ਹੈ। ਸ੍ਰੀ ਭਗਵਤੀ ਜੀ ਸਹਾਏ ਉਤਾਰ ਖਾਸੇ ਦਸਖਤ ਕਾ ਪਾਤਸ਼ਾਹੀ ਦਸਵੀਂ। ਇਹ ਬਾਣੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉਚਾਰਨ ਕੀਤੀ ਹੋਈ ਹੈ। ਅਕਾਲ ਪੁਰਖ ਕੀ ਰੱਛਾ ਹਮਨੈ, ਮੇਰੀ ਰਕਸ਼ਾ ਅਕਾਲ ਪੁਰਖ ਨੇ ਕੀਤੀ ਹੈ। ਸਰਬ ਲੋ ਕੀ ਰੱਛਾ ਹਮਨੈ, ਸਰਬ ਲੋ ਨੇ ਮੈਨੂੰ ਬਚਾਇਆ ਹੈ। ਸਰਬ ਕਾਲ ਜੀ ਦੀ ਰੱਛਾ ਹਮਨੈ, ਸਭ ਨੂੰ ਨਸ਼ਟ ਕਰਨ ਵਾਲੇ ਪਰਮਾਤਮਾ ਨੇ ਮੇਰੀ ਰੱਖਿਆ ਕੀਤੀ ਹੈ। ਸਰਬ ਲੋ ਜੀ ਦੀ ਸਦਾ ਰੱਛਾ ਹਮਨੈ, ਸਰਬ ਲੋ ਨੇ ਹਮੇਸ਼ਾ ਮੇਰੀ ਰਕਸ਼ਾ ਕੀਤੀ ਹੈ। ਅੱਗੇ ਲਿਖਾਰੀ ਕੇ ਦਸਖਤ, ਅੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤ ਹਨ। ਤੈ ਪ੍ਰਸਾਦ ਚੌਪਈ ਪ੍ਰਣਵੋ ਆਦਿ ਏਕੰਕਾਰਾ, ਮੈਂ ਸਭ ਤੋਂ ਪਹਿਲਾਂ ਓਂਕਾਰ ਸਰੂਪ ਨੂੰ ਪ੍ਰਣਾਮ ਕਰਦਾ ਹਾਂ। ਜਲ ਥਲ ਮਹੀਅਲ ਕੀਓ ਪਸਾਰਾ, ਜਿਸਨੇ ਜਲ ਥਲ ਅਤੇ ਆਕਾਸ਼ ਦਾ ਪਸਾਰ ਕੀਤਾ ਹੈ। ਆਦਿ ਪੁਰਖ ਅਭਿਗਤ ਅਵਿਨਾਸ਼ੀ, ਉਹ ਆਦਿ ਪੁਰਖ ਦੇਹ ਰਹਿਤ ਅਤੇ ਅਵਿਨਾਸ਼ੀ ਹੈ। ਲੋਕ ਚਤਰ ਦਸ ਜੋਤ ਪ੍ਰਗਾਸੀ, ਅਤੇ 14 ਲੋਕਾਂ ਨੂੰ ਉਸਨੇ ਆਪਣੀ ਜੋਤ ਨਾਲ ਪ੍ਰਕਾਸ਼ਮਾਨ ਕਰ ਰੱਖਿਆ ਹੈ। ਹਸਤ ਕੀਟ ਕੇ ਬੀਚ ਸਮਾਨਾ, ਜੋ ਹਾਥੀ ਤੋਂ ਲੈ ਕੇ ਕੀੜੇ ਤੱਕ ਸਭ ਵਿੱਚ ਸਮਾਇਆ ਹੋਇਆ ਹੈ। ਰਾਵ ਰੰਕ ਜਿਹੇ ਇੱਕ ਸਰ ਜਾਨਾ, ਅਤੇ ਰਾਜੇ ਅਤੇ ਭਿਖਾਰੀ ਨੂੰ ਇੱਕ ਸਮਾਨ ਸਮਝਦਾ ਹੈ। ਅਦਵੈ ਅਲਖ ਪੁਰਖ ਅਭਿਗਾਮੀ, ਉਹ ਦਵੈਤ ਰਹਿਤ ਅਦ੍ਰਿਸ਼ ਪੁਰਸ਼ ਵਾਸਵਿਕਤਾ ਦਾ ਗਿਆਨਵਾਨ, ਸਭ ਘੱਟ ਘੱਟ ਕੇ ਅੰਤਰ ਜਾਮੀ, ਅਤੇ ਹਰ ਇੱਕ ਦੇ ਦਿਲ ਦੀਆਂ ਜਾਣਨ ਵਾਲਾ ਹੈ। ਅਲਖ ਰੂਪ ਅੱਛੈ ਅਨਭੇਖਾ, ਉਹ ਦਿਸਣ ਤੋਂ ਪਰੇ ਨਾ ਨਸ਼ਟ ਹੋਣ ਵਾਲਾ ਅਤੇ ਭੇਖਾ ਤੋਂ ਰਹਿਤ ਹੈ। ਰਾਗ ਰੰਗ ਜਿਹੇ ਰੂਪ ਨਾ ਰੇਖਾ, ਉਸਦਾ ਕਿਸੇ ਪ੍ਰਤੀ ਮੋਹ ਨਹੀਂ ਹੈ, ਉਸਦਾ ਰੰਗ ਰੂਪ ਜਾਂ ਰੇਖਾ ਨਹੀਂ ਹੈ। ਵਰਣ ਚਿਹਨ ਸਭ ਹੂੰ ਤੇ ਨਿਆਰਾ, ਉਹ ਵਰਣ ਚਿੰਨ ਆਦਿ ਸਭ ਤੋਂ ਨਿਆਰਾ ਹੈ। ਆਦਿ ਪੁਰਖ ਅਦਵੈ ਅਭਿਕਾਰਾ, ਉਹ ਆਦਿ ਪੁਰਖ ਅਦਵੈਤ ਸਰੂਪ ਅਤੇ ਵਿਕਾਰਾਂ ਤੋਂ ਰਹਿਤ ਹੈ। ਵਰਣ ਚਹਿਨ ਜਹਿ ਜਾਤ ਨਾ ਪਾਤਾ, ਜਿਸਦੇ ਵਰਣ ਚਿੰਨ ਜਾਤ ਅਤੇ ਬਰਾਦਰੀ ਨਹੀਂ ਹਨ। ਸਤਰ ਮਿੱਤਰ ਜਿਹ ਤਾਤ ਨਾ ਮਾਤਾ, ਜਿਸਦੇ ਵੈਰੀ ਮਿੱਤਰ ਮਾਤਾ ਅਤੇ ਪਿਤਾ ਨਹੀਂ ਹਨ। ਸਭ ਤੇ ਦੂਰ ਸਭਨ ਤੇ ਨੇੜਾ, ਜੋ ਸਭ ਤੋਂ ਦੂਰ ਅਤੇ ਸਭ ਦੇ ਨੇੜੇ ਹੈ। ਜਲ ਥਲ ਮਹੀਅਲ ਜਾਏ ਬਸੇਰਾ, ਜਿਸਦਾ ਜਲ ਥਲ ਅਤੇ ਆਕਾਸ਼ ਵਿੱਚ ਨਿਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।